ਆਪਾਂ ਨੂੰ ਪਤਾ ਹੈ ਕਿ 2001 ਦੇ ਵਿੱਚ ਜਦੋਂ ਬੀਟੀ ਆਇਆ ਸੀਗਾ, ਅਨੁਮੋਦਿਤ ਹੋਇਆ ਆਪਣੇ ਉੱਤਰ ਭਾਰਤ ਵਾਸਤੇ, ਉਸ ਟਾਈਮ ਤੋਂ ਲੈ ਕੇ ਹੁਣ ਤੱਕ ਬੀਟੀ ਦਾ ਗੁਣ ਜਿਹੜਾ ਹੈ ਉਹ ਉੱਤਰ ਭਾਰਤ ਦੇ ਵਿੱਚ ਬਹੁਤ ਸੋਹਣੇ ਤਰੀਕੇ ਨਾਲ ਕੰਮ ਕਰ ਰਿਹਾ ਹੈ। ਹਾਲੇ ਤੱਕ ਆਪਣੇ ਕਿਸੇ ਵੀ ਜਿਹੜਾ ਸੁੰਡੀਆਂ ਹੈ, ਸੁੰਡੀਆਂ ਦੇ ਵਿੱਚ ਕੋਈ ਵੀ ਬੀਟੀ ਦੇ ਪ੍ਰਤੀ ਸਹਿਣਸ਼ੀਲਤਾ ਨਹੀਂ ਆਈ। ਜੋ ਵੀ ਜਦੋਂ ਵੀ ਸੁੰਡੀ ਬੀਟੀ ਵਾਲੇ ਪੌਦੇ ਨੂੰ ਖਾਂਦੀ ਹੈ, ਸੁੰਡੀ ਮਰ ਜਾਂਦੀ ਹੈ। ਆਪਣੇ ਕੋਈ ਸਮੱਸਿਆ ਨਹੀਂ ਸੀਗੀ, ਪਰ ਪਿਛਲੇ 3-4 ਸਾਲਾਂ ਤੋਂ ਜਿਹੜੇ ਜਿਹੜੇ ਥਾਂ ਦੇ ਉੱਤੇ ਆਪਾਂ ਨੂੰ ਖਲ ਤੇ ਵਿਨੋਲੇ ਕੱਢਣ ਦੀਆਂ ਜਿਹੜੀਆਂ ਮਿੱਲਾਂ ਲੱਗੀ ਸੀਗੀ, ਉੱਥੇ ਮੇਰੇ ਮਿਲਰ ਭਰਾ ਉਹ ਦਕਸ਼ਿਣ ਭਾਰਤ ਤੋਂ ਬੜੇਵੇਂ ਖਰੀਦ ਕੇ ਲਿਆਉਂਦੇ ਸੀਗੇ। ਤੇ ਗੁਲਾਬੀ ਸੁੰਡੀ ਦੀ ਇਹ ਖਾਸੀਅਤ ਹੈ ਕਿ ਬੜੇਵੇਂ ਦੇ ਦੋ ਬੀਜਾਂ ਨੂੰ ਜੋੜ ਕੇ ਉਹਦੇ ਵਿੱਚ ਕੁੰਨ ਮਾਰ ਕੇ ਜਿੰਦਾ ਰਹਿ ਸਕਦੀ ਹੈ। ਉਹ ਬੜੇਵੇਂ ਜਦੋਂ ਅਪ੍ਰੈਲ ਮਈ ਜੂਨ ਦੇ ਵਿੱਚ ਇੱਥੇ ਆਉਂਦੇ ਹੈ, ਅਜੇ ਉਹਨੂੰ ਕਿਸਾਨ ਉਹ ਜਿੰਨਰ ਬਾਈ ਜੇ ਉਹਦਾ ਢੇਰ ਖੁੱਲੇ ਚ ਲਾ ਦੇਣ ਤੇ ਉਹਦੇ ਵਿੱਚੋਂ ਪਤੰਗਾਂ ਨਿਕਲ ਕੇ। ਅੱਜ ਤੁਸੀਂ ਦੇਖਿਆ ਕਿ ਆਮ ਤੌਰ ਤੇ ਜਿੰਨੀ ਮਿੱਲ ਪਿੰਡਾਂ ਦੇ ਵਿੱਚ ਬਾਹਰ ਹੁੰਦੀ ਹੈ, ਆਸੇ ਪਾਸੇ ਨਰਮਾ ਲੱਗਿਆ ਹੁੰਦਾ ਹੈ, ਜੇ ਉੱਥੋਂ ਪਤੰਗਾਂ ਨਿਕਲ ਕੇ ਨਰਮੇ ਦੇ ਉੱਤੇ ਜਾ ਕੇ ਅੰਡੇ ਦੇ ਜਾਂਦਾ ਹੈ, ਤੇ ਉਹ ਪਤੰਗੇ ਦੇ ਜਿਹੜੇ ਬੱਚੇ ਹੈ ਉਹ ਬੀਟੀ ਦੇ ਗੁਣ ਨਾਲ ਨਹੀਂ ਮਰਦੇ। ਔਰ ਇਸ ਕਰਕੇ ਹਰਿਆਣਾ ਦੇ ਵਿੱਚ ਜੀਂਦ ਜ਼ਿਲ੍ਹੇ ਦੇ ਵਿੱਚ ਕੁਝ ਗਾਂਵ, ਹਿਸਾਰ ਦੇ ਕੁਝ ਪਿੰਡ, ਏਦਾਂ ਹੀ ਤੁਹਾਡੇ ਬਠਿੰਡੇ ਦੇ ਵਿੱਚ ਗੁਰੂਸਰ ਸਹਿਣੇਆਲਾ, ਜੋਧਪੁਰ ਅਮਾਣਾ, ਸੰਗਤ, ਗੈਰੀ ਬੁੱਟਰ, ਗੁਠਲੀ, ਇਨ ਪਿੰਡਾਂ ਦੇ ਵਿੱਚ ਮੈਂ ਦੇਖਿਆ ਇੱਥੇ ਜਿਹੜੀ ਜਿਨਿੰਗ ਮਿੱਲ ਹੈ ਜਾਂ ਓਇਲ ਮਿੱਲ ਹੈ ਉਹਦੇ ਆਸੇ ਪਾਸੇ ਗੁਲਾਬੀ ਸੁੰਡੀ ਦਾ ਪ੍ਰਕੋਪ ਹੋਣਾ ਸ਼ੁਰੂ ਹੋਇਆ ਸੀਗਾ। ਉਹ ਤੋਂ ਸ਼ੁਰੂਆਤੀ ਦਿਨ ਸੀਗੇ। ਉਸ ਤੋਂ ਬਾਅਦ ਅਸੀਂ ਕਿਸਾਨ ਵੀਰਾਂ ਨੂੰ ਬਾਰ ਬਾਰ ਕਹਿੰਦੇ ਰਹੇ ਸੀਗੇ ਵੀ ਤੁਸੀਂ ਕਦੇ ਵੀ ਲੱਕੜੀਆਂ ਦੇ ਢੇਰ ਜਿਹੜੇ ਹੈ ਉਹ ਖੇਤ ਦੇ ਵਿੱਚ ਨਹੀਂ ਲਾਣੇ, ਤੇ ਖਾਸ ਕਰਕੇ ਉਹ ਕਿਸਾਨ ਵੀਰ ਜਿਨ੍ਹਾਂ ਦੇ ਪਿਛਲੇ ਵਾਰ ਗੁਲਾਬੀ ਸੁੰਡੀ ਦਾ ਹਮਲਾ ਹੋਇਆ ਸੀਗਾ, ਉਹਨਾਂ ਨੇ ਤਾਂ ਕਦੇ ਵੀ ਆਪਣੀ ਸੰਡੀਆਂ ਖੇਤ ਦੇ ਵਿੱਚ ਨਹੀਂ ਰੱਖਣੀ। ਪਰ ਐਤਕੀ ਜਦੋਂ ਮੈਂ ਗਿਆ ਸਰਵੇ ਵਾਸਤੇ ਤੁਹਾਡੇ ਪਿੰਡਾਂ ਦੇ ਵਿੱਚ, ਗੁਰੂਸਰ ਸਹਿਣੇਆਲਾ, ਜੋਧਪੁਰ ਅਮਾਣਾ, ਗੁਰਤਲੀ, ਇੱਥੇ ਜਿੱਥੇ ਜਿੱਥੇ ਵੀ ਗੁਲਾਬੀ ਸੁੰਡੀ ਦਾ ਹਮਲਾ ਮਿਲਿਆ ਉੱਥੇ ਲੱਕੜੀਆਂ ਦੇ ਢੇਰ ਖੇਤ ਦੇ ਵਿੱਚ ਲਾਏ ਸੀਗੇ। ਉਹਦੇ ਨਾਲ ਕਿਸਾਨ ਭਰਾਓ ਕੀ ਹੁੰਦਾ ਹੈ ਕਿ ਉਹ ਲੱਕੜੀਆਂ ਦੇ ਵਿੱਚ ਜਿਹੜਾ ਗੁਲਾਬੀ ਸੁੰਡੀ ਦਾ ਜਿਹੜੀ ਟੂਪਾ ਹੈ ਉਹ ਲੱਕੜੀਆਂ ਦੇ ਵਿੱਚ ਪਿਆ ਰਹਿੰਦਾ ਹੈ। ਜੋ ਹੀ ਪਹਿਲਾਂ ਵੀ ਪੈਂਦਾ ਹੈ ਜਾਂ ਜ਼ਮੀਨ 'ਚ ਪਾਣੀ ਲੱਗਦਾ ਹੈ, ਨਮੀ ਮਿਲਦੀ ਹੈ, ਉਹ ਟੂਪਾ ਤੋਂ ਪਤੰਗਾ ਬਣ ਕੇ, ਮੱਕੜ ਬਣ ਕੇ ਬਾਹਰ ਨਿਕਲਦਾ ਹੈ। ਉਹ ਮੱਕੜ ਨੂੰ ਜੇ ਅੱਗੇ ਜਾ ਕੇ ਫੂਲ ਵਾਲੀ ਖੇਤ ਮਿਲ ਜਾਏ ਨਰਮੇ ਦੇ ਤੇ ਉੱਥੇ ਜਾ ਕੇ ਅੰਡੇ ਦੇ ਦਿੰਦਾ ਹੈ, ਔਰ ਇਸ ਕਰਕੇ ਉਹ ਆਪਣਾ ਜੀਵਨ ਚੱਕਰ ਚਲਾ ਲੈਂਦਾ ਹੈ। ਐਤਕੀ ਤੁਹਾਡੀ ਬਿਜਾਈ ਛੇਤੀ ਹੋਈ ਸੀਗੀ। ਜਿਹੜੇ ਕਿਸਾਨ ਭਾਈਆਂ ਦੇ 10 ਅਪ੍ਰੈਲ ਤੋਂ ਲੈ ਕੇ 20 ਅਪ੍ਰੈਲ ਦੇ ਵਿਚਕਾਰ ਬਿਜਾਈ ਸੀਗੀ, ਉੱਥੇ ਜੇ ਖੇਤ ਦੇ ਵਿੱਚ ਲੱਕੜੀਆਂ ਦੇ ਢੇਰ ਲੱਗੇ ਸੀਗੇ ਉੱਥੇ ਗੁਲਾਬੀ ਸੁੰਡੀ ਦਾ ਹਮਲਾ ਆਇਆ ਹੈ। ਪਰ ਇਹ ਖੁਸ਼ੀ ਦੀ ਗੱਲ ਇਹ ਹੈ ਕਿ ਉਹ ਖੁੱਲੇ ਫੁੱਲਾਂ ਦੇ ਵਿੱਚ ਸੁੰਡੀ ਜ਼ਿਆਦਾ ਦਿਨ ਤੱਕ ਜਿੰਦਾ ਨਹੀਂ ਰਹੀ, ਤੇ ਹੁਣ ਕਿਸਾਨ ਭਾਈਆਂ ਨੇ ਜਿਹੜੇ ਛਿੜਕਾਅ ਕੀਤੇ ਉਹਦੇ ਨਾਲ ਕਾਫੀ ਹਮਲਾ ਕੰਮ ਹੋ ਗਿਆ, ਤੇ ਹੁਣ ਜਿਹੜੀ ਸਥਿਤੀ ਹੈ ਉਹ ਪੂਰੀ ਕੰਟਰੋਲ ਦੇ ਵਿੱਚ ਹੈ। ਪਰ ਆਪਾਂ ਨੂੰ ਇਹਦੀ ਜਾਣਕਾਰੀ ਹੋਣੀ ਬਹੁਤ ਜ਼ਰੂਰੀ ਹੈ। ਤੁਸੀਂ ਕਿਉਂਕਿ ਨਵੀਂ ਪਿੰਡੀ ਦੇ ਕਿਸਾਨ ਹੋ, ਤੁਸੀਂ ਗੁਲਾਬੀ ਸੁੰਡੀ ਦਾ ਟਾਕਾ ਤੁਹਾਡਾ ਹੋਇਆ ਨਹੀਂ। 2000 ਤੋਂ ਪਹਿਲੇ ਗੁਲਾਬੀ ਸੁੰਡੀ ਬਹੁਤ ਆਉਂਦੀ ਹੁੰਦੀ ਸੀਗੀ, ਤੇ ਆਪਣੇ ਜਿਹੜੇ ਪੁਰਾਣੇ ਕਿਸਾਨ ਵੀਰ ਸੀਗੇ ਉਹਨਾਂ ਨੇ ਬਹੁਤ ਸੋਹਣੇ ਤਰੀਕੇ ਨਾਲ ਇਹਦਾ ਕੰਟਰੋਲ ਵੀ ਕੀਤਾ ਸੀਗਾ। ਇਹਦੇ ਵਾਸਤੇ ਬਹੁਤ ਸਾਰੇ ਉਪਰਾਲੇ ਕਰਨੇ ਪੈਂਦੇ ਸੀਗੇ, ਜਿਵੇਂ ਕਟਾਈ ਤੋਂ ਬਾਅਦ ਖੇਤ ਦੇ ਵਿੱਚ ਭੇੜ ਬੱਕਰੀਆਂ ਨੂੰ ਚਾਰਨਾ, ਲੱਕੜੀਆਂ ਨੂੰ ਜ਼ਮੀਨ ਦੇ ਵਿੱਚ ਮਾਰ ਮਾਰ ਕੇ ਫਿਰ ਲੰਬਵਤ ਖੜੇ ਕਰਨਾ, ਲੱਕੜੀਆਂ ਨੂੰ ਪਿੰਡ ਦੇ ਵਿੱਚ ਲਿਆ ਕੇ ਢੇਰ ਲਾਉਣਾ, ਇਹ ਸਾਰੀਆਂ ਗੱਲਾਂ ਅਪਣਾ ਅਪਣਾ ਕੇ ਆਪਣੇ ਕਿਸਾਨ ਵੀਰਾਂ ਨੇ ਗੁਲਾਬੀ ਸੁੰਡੀ ਤੋਂ ਲਗਭਗ ਛੁਟਕਾਰਾ ਪਾਇਆ ਸੀਗਾ। ਤੇ ਹੁਣ ਵੀ ਇਹ ਕੋਈ ਵੱਡੀ ਗੱਲ ਨਹੀਂ ਹੈ, ਜੇ ਆਪਾਂ ਥੋੜੀ ਸੂਝ ਬੂਝ ਨਾਲ ਚੱਲਾਂਗੇ ਤਾਂ ਆਪਾਂ ਹੁਣ ਵੀ ਗੁਲਾਬੀ ਸੁੰਡੀ ਤੋਂ ਆਰਾਮ ਨਾਲ ਛੁਟਕਾਰਾ ਪਾ ਲਾਂਗੇ। ਗੁਲਾਬੀ ਸੁੰਡੀ ਹੈ ਕੀ? ਗੁਲਾਬੀ ਸੁੰਡੀ ਤੁਹਾਨੂੰ ਪਤਾ ਹੈ ਮੁੱਲ ਨੇੜੇ ਹੁੰਦੇ ਨੇ, ਇਹ ਕਿਸ ਤਰ੍ਹਾਂ ਦਾ ਕੀੜਾ ਹੈ ਜਿਹੜਾ ਸਿਰਫ ਨਰਮੇ ਕਪਾਹ ਤੇ ਜਿੰਦਾ ਰਹਿੰਦਾ ਹੈ। ਗੁਲਾਬੀ ਸੁੰਡੀ ਹੋਰ ਕੋਈ ਫਸਲ ਨੂੰ ਨਹੀਂ ਖਾਂਦੀ, ਇਸ ਕਰਕੇ ਗੁਲਾਬੀ ਸੁੰਡੀ ਦਾ ਜੀਵਨ ਚੱਕਰ ਕੱਲਾ ਨਰਮੇ ਤੇ ਚੱਲਦਾ ਹੈ। ਜੇ ਖੇਤ ਦੇ ਵਿੱਚ ਨਰਮਾ ਨਾ ਹੋ ਤਾਂ ਗੁਲਾਬੀ ਸੁੰਡੀ ਇੱਕ ਸੁਸਤ ਅਵਸਥਾ ਦੇ ਵਿੱਚ ਜ਼ਮੀਨ ਦੇ ਹੇਠਾਂ ਜਾਂ ਫਸਲਾਂ ਦੀ ਰਹਿੰਦ ਖੁੰਹਦ ਦੇ ਵਿੱਚ ਰਹਿ ਕੇ ਆਪਣਾ ਆਪਣੇ ਆਪ ਨੂੰ ਬਚਾ ਕੇ ਰੱਖਦੀ ਹੈ, ਔਰ ਜੋ ਹੀ ਮੌਸਮ ਸਹੀ ਆਉਂਦਾ ਹੈ ਇਹ ਉੱਥੇ ਜਾ ਕੇ ਆਪਣਾ ਕੰਮ ਸ਼ੁਰੂ ਕਰਦੀ ਹੈ। ਤਾਂ ਮੈਂ ਤੁਹਾਨੂੰ ਗੁਲਾਬੀ ਸੁੰਡੀ ਦੇ ਜੀਵਨ ਚੱਕਰ ਦੇ ਬਾਰੇ ਦੱਸਦਾ। ਗੁਲਾਬੀ ਸੁੰਡੀ 200 ਅੰਡੇ ਦਿੰਦੀ ਹੈ। ਅੰਡੇ 4-5 ਗਰੁੱਪ ਦੇ ਵਿੱਚ ਦਿੰਦੀ ਹੈ। ਅੰਡੇ ਚਿੱਟੇ ਰੰਗ ਦੇ ਹੁੰਦੇ ਹੈ, ਅੰਡੇ ਚਪੇਟ ਚੌਰਸ ਹੁੰਦੇ ਹੈ, ਚਪਟੇ ਹੁੰਦੇ ਹੈ, ਅੱਧਾ ਮਿਲੀਮੀਟਰ ਲੰਬੇ ਤੇ 1-2 ਮਿਲੀਮੀਟਰ ਚੌੜੇ ਹੁੰਦੇ ਹੈ। ਖਾਸ ਕਰਕੇ ਗੁਲਾਬੀ ਸੁੰਡੀ ਅੰਡੇ ਨਵੇਂ ਪੱਤਿਆਂ ਦੇ, ਫੁੱਲ ਡੋਡੀਆਂ ਦੇ ਜਾਂ ਸਕੇਲ ਜਿਹੜੀ ਫੁੱਲ ਡੋਡੀ ਹੈ ਜਾਂ ਫੁੱਲਾਂ ਦੇ ਉੱਤੇ ਦਿੰਦੀ ਹੈ। ਜਿਹੜੇ 11 ਦਿਨ ਦੇ ਸਕੇਲ ਫੁੱਲ ਡੋਡੀ ਹੈ ਜਾਂ 20 ਦਿਨਾਂ ਦਾ ਹਰਾ ਟਿੰਡਾ ਹੈ ਉਹ ਗੁਲਾਬੀ ਸੁੰਡੀ ਨੂੰ ਅੰਡੇ ਦੇਣ ਵਾਸਤੇ ਸਭ ਤੋਂ ਸਹੀ ਲੱਗਦਾ ਹੈ। ਜਿਹੜੀ ਫੁੱਲ ਡੋਡੀ 11 ਦਿਨ ਪੁਰਾਣੀ ਹੈ ਜਾਂ 20 ਦਿਨ ਦਾ ਟਿੰਡਾ ਹੈ ਉਹਦੇ ਉੱਤੇ ਭੱਜ ਕੇ ਅੰਡਾ ਦਿੰਦੀ ਹੈ, ਤੇ ਇਹ ਕੀੜਾ 4-5 ਦਿਨਾਂ ਲਈ ਅੰਡਾ ਹਾਲਤ ਦੇ ਵਿੱਚ ਰਹਿੰਦਾ ਹੈ। 4-5 ਦਿਨ ਤੋਂ ਬਾਅਦ ਅੰਡੇ ਤੋਂ ਬੱਚੇ ਨਿਕਲਦੇ ਹੈ। ਜਿਹੜੀ ਸੁੰਡੀ ਹੈ ਉਹ 4-5 ਦਿਨ ਤੋਂ ਬਾਅਦ ਅੰਡੇ ਤੋਂ ਸੁੰਡੀ ਨਿਕਲਦੀ ਹੈ।
ਜਿਹੜੀ ਗੁਲਾਬੀ ਸੁੰਡੀ ਹੈ, ਗੁਲਾਬੀ ਕੀੜੇ ਦੀ ਸੁੰਡੀ, ਉਹ ਸਭ ਤੋਂ ਜ਼ਿਆਦਾ ਨੁਕਸਾਨ ਕਰਨ ਵਾਲੀ ਜਿਹੜੀ ਇਹਦੀ ਹਾਲਤ ਹੈ। ਸ਼ੁਰੂਆਤ ਦੇ ਵਿੱਚ ਇਹ ਸੁੰਡੀ ਸਫੇਦ ਰੰਗ ਦੀ ਹੁੰਦੀ ਹੈ, ਪਹਿਲੇ 5 ਦਿਨ ਦੇ ਚਿੱਟੇ ਰੰਗ ਦੀ ਰਹੂਗੀ, 5 ਦਿਨ ਤੋਂ ਬਾਅਦ ਇਹਦਾ ਰੰਗ ਬਦਲ ਕੇ ਇਹ ਗੁਲਾਬੀ ਰੰਗ ਦੀ ਹੋ ਜਾਂਦੀ ਹੈ, ਤੇ ਅੰਡੇ ਤੋਂ ਬਾਹਰ ਨਿਕਲਣ ਤੋਂ 3-4 ਦਿਨ ਬਾਅਦ ਹੀ ਇਹ ਜਿਹੜੀ ਸੁੰਡੀ ਹੈ ਇਹ ਟਿੰਡੇ ਦੇ ਵਿੱਚ ਜਾਣ ਦੀ ਕੋਸ਼ਿਸ਼ ਕਰਦੀ ਹੈ। ਸੁੰਡੀ 10 ਦਾ ਜੀਵਨ ਚੱਕਰ 10 ਤੋਂ 14 ਦਿਨ ਦਾ ਹੁੰਦਾ ਹੈ, ਤੇ ਇਹ ਜਿਹੜੀ ਸੁੰਡੀ ਹੈ ਇਹ ਟਿੰਡੇ ਤੋਂ ਜਾਂ ਫੁੱਲਾਂ ਨੂੰ ਖਾਂਦੀ ਹੈ, ਫੁੱਲ ਡੋਡੀ ਨੂੰ ਡਿਗਾਉਣ ਦਾ ਕੰਮ ਵੀ ਕਰਦੀ ਹੈ, ਫੁੱਲ ਦੀ ਭੰਬੀਰੀ ਬਣ ਜਾਂਦੀ ਹੈ, ਜੇ ਫੁੱਲ ਦੇ ਵਿਚਕਾਰ ਬਣ ਜਾਂਦੀ ਹੈ ਤੇ ਉਹਦੇ ਵਿੱਚ ਵੜ ਕੇ ਜਾਲਾ ਬੁਣ ਲੈਂਦੀ ਹੈ, ਜਾਲ ਮੂੰਹ ਨਾਲ ਜਾਲਾ ਬੰਨਦੀ ਹੈ, ਉਸ ਕਰਕੇ ਫੁੱਲ ਖਿਲਦਾ ਨਹੀਂ ਹੈ ਤੇ ਫੁੱਲ ਤੁਸੀਂ ਦੇਖ ਰਹੇ ਹੋ ਭੰਬੀਰੀ ਵਾਂਗੂ ਫੁੱਲ ਜਿਹੜਾ ਹੈ ਬਣ ਜਾਂਦਾ ਹੈ, ਤੇ ਫੁੱਲ ਡਿੱਗਣ ਵੀ ਲੱਗ ਜਾਂਦੇ ਹੈ। ਇਹ ਟਿੰਡੇ ਦੇ ਵਿੱਚ ਘੁਸ ਕੇ ਦੋ ਬੀਜ ਜਿਹੜੇ ਹੈ ਟਿੰਡੇ ਦੇ ਵਿੱਚ, ਦੋ ਬੀਜਾਂ ਨੂੰ ਆਪਸ 'ਚ ਜੋੜ ਕੇ ਉਹਦੇ ਵਿੱਚ ਵੀ ਕੁੰਡ ਮਾਰ ਕੇ ਰਹਿ ਜਾਂਦੀ ਹੈ। ਇਹ ਇਹਦੇ ਨੁਕਸਾਨ ਕਰਨ ਦੇ ਤਰੀਕੇ ਹੈ, ਇਹਦਾ ਆਪਾਂ ਨੂੰ ਪਛਾਣ ਕਰਨ ਦੇ ਤਰੀਕੇ ਹੈ। ਇਹਦੀ ਤੀਸਰੀ ਅਵਸਥਾ ਉਹ ਪਿਊਪਾ ਹੈ, ਪਿਊਪਾ ਜ਼ਮੀਨ ਦੇ ਵਿੱਚ ਬਣਦਾ ਹੈ। ਇਹ ਗੱਲ ਤੁਹਾਨੂੰ ਯਾਦ ਰੱਖਣੀ ਹੈ ਕਿ ਗੁਲਾਬੀ ਸੁੰਡੀ ਦਾ ਪਿਊਪਾ ਹੈ ਉਹ ਜ਼ਮੀਨ ਦੇ ਵਿੱਚ 5 ਸੈਂਟੀਮੀਟਰ 2 ਇੰਚ ਹੇਠਾਂ ਜਾ ਕੇ, ਜ਼ਮੀਨ ਦੇ ਵਿੱਚ 2 ਇੰਚ ਹੇਠਾਂ ਜਾ ਕੇ ਇਹਦਾ ਪਿਊਪਾ ਬਣਦਾ ਹੈ, ਤੇ ਪਿਊਪਾ ਹਾਲਤ ਦੇ ਵਿੱਚ 8-9 ਦਿਨ ਤੱਕ ਪਿਊਪਾ ਹਾਲਤ ਦੇ ਵਿੱਚ ਇਹ ਜਿਹੜਾ ਹੈ ਉਹ ਰਹਿ ਸਕਦੀ ਹੈ। ਅਡਲਟ ਭੁਮੱਕੜ, ਜਿਵੇਂ ਆਪਾਂ ਇਹਦੇ ਭੁਮੱਕੜ ਕਿੱਦਾਂ ਦਾ ਹੁੰਦਾ ਹੈ, ਇਹਦਾ ਭੁਮੱਕੜ ਭੂਰੇ ਰੰਗ ਦਾ ਹੁੰਦਾ ਹੈ, ਅਗਲੇ ਖੰਭਾਂ ਉੱਤੇ ਕਾਲੇ ਜਾਂ ਸਲੇਟੀ ਰੰਗ ਦੇ ਧੱਬੇ ਹੁੰਦੇ ਹੈ, ਤੇ ਜਿਹੜੇ ਹੇਠਲੇ ਜਿਹੜੇ ਖੰਭ ਹੈ ਉਹ ਇਹਦੇ ਬਿਲਕੁਲ ਆਰ ਪਾਰ ਜੇ ਹੁੰਦੇ ਹੈ, ਟ੍ਰਾਂਸਪੇਰੈਂਟ ਹੁੰਦੇ। ਤੁਸੀਂ ਦੇਖ ਰਹੇ ਹੋ ਪਿੱਛੇ ਵਾਲੇ ਭੁਮੱਕੜ 200 ਤੱਕ ਅੰਡੇ ਦਿੰਦਾ ਹੈ, ਤੇ ਮਤਲਬ ਵਾਰ ਤੋਂ ਬੜੇ ਵੇ ਖਰੀਦਤੇ ਹੈ, ਉਦੋਂ ਆਪਾਂ ਨੂੰ ਬਹੁਤ ਜ਼ਿਆਦਾ ਸਾਵਧਾਨ ਰਹਿਣ ਦੀ ਜਿਹੜੀ ਲੋੜ ਹੈਗੀ। ਗੁਲਾਬੀ ਸੁੰਡੀ ਦੀ ਸਰਵਪੱਖੀ ਰੋਕਥਾਮ 2 ਤਰੀਕੇ ਨਾਲ ਹੋਊਗੀ, ਇੱਕ ਤੋਂ ਆਕਸੀਜਨ ਸਾਵਣੀ ਤੋਂ ਬਿਨਾਂ, ਇੱਕ ਨਰਮੇ ਦੇ ਵਿੱਚ ਕਿਵੇਂ ਰੋਕਥਾਮ ਕਰਨੀ ਹੈ। ਇਹਦੀ ਸਰਵਪੱਖੀ ਰੋਕਥਾਮ ਵਿੱਚ ਸਭ ਤੋਂ ਪਹਿਲਾ ਕੰਮ ਆਪਾਂ ਨੂੰ ਫਸਲ ਚੱਕਰ ਬਦਲਣਾ ਹੈ, ਅਪਣਾਉਣਾ ਹੈ। ਕੇਵਲ ਸਿਫਾਰਿਸ਼ ਕੀਤੀ ਨਰਮੇ ਦੀ ਕਿਸਮਾਂ ਬਿਜਾਈ ਕਰਨੀ ਹੈ, ਬਿਜਾਈ 15 ਮਈ ਤੱਕ ਪੂਰੀ ਕਰਨੀ ਹੈ, ਬਿਜਾਈ ਤੋਂ 45 ਦਿਨ ਬਾਅਦ ਆਪਾਂ ਨੂੰ ਫੀਰੋਮੋਨ ਟਰੈਪ, ਇਹ ਫੀਰੋਮੋਨ ਟਰੈਪ ਹੈ, ਆਪਾਂ ਇੱਕ ਖੇਤ ਦੇ ਵਿੱਚ 2 ਟਰੈਪ ਲਾ ਸਕਦੇ ਹਾਂ। ਇਸ ਟਰੈਪ ਦੇ ਵਿੱਚ ਇੱਕ ਕੈਪਸੂਲ ਲੱਗਦਾ ਹੈ, ਉਸ ਕੈਪਸੂਲ ਤੋਂ ਇੱਕ ਖੁਸ਼ਬੂ ਨਿਕਲਦੀ ਹੈ, ਉਸ ਖੁਸ਼ਬੂ ਨੂੰ ਸੁਣ ਕੇ ਜਿਤਨੇ ਵੀ ਚਿੱਟੇ ਗੁਲਾਬੀ ਸੁੰਡੀ ਦੇ ਭੁਮੱਕੜ ਹੈ ਉੱਥੇ ਆ ਕੇ ਇਕੱਠੇ ਹੋ ਜਾਣਗੇ, ਤਾਂ ਆਪਾਂ ਨੂੰ ਆਈਡੀਆ ਹੋ ਜਾਊਗਾ ਕਿ ਮੇਰੇ ਖੇਤ ਦੇ ਵਿੱਚ ਹੁਣ ਗੁਲਾਬੀ ਸੁੰਡੀ ਦਾ ਹਮਲਾ ਹੋਣਾ ਸ਼ੁਰੂ ਹੋ ਗਿਆ ਹੈ। ਇਹ ਆਪਾਂ ਨੂੰ ਨਿਗਰਾਨੀ ਵਾਸਤੇ ਰੱਖਣਾ ਜ਼ਰੂਰੀ ਹੈ। ਨਰਮੇ ਦੇ ਵਿੱਚ ਜੇ ਤੁਸੀਂ ਨਰਮੇ ਦਾ ਬੀਜ ਖਰੀਦਦੇ ਹੋ, ਤੁਹਾਨੂੰ ਬੀਜ ਦੇ ਵਿੱਚ 20% ਜਿਹੜਾ ਨੋਨ ਬਿੱਟੀ ਦਾ ਬੀਜ ਮਿਲਦਾ ਹੈ ਉਹਨੂੰ ਲਾਉਣ ਦੀ ਕੋਸ਼ਿਸ਼ ਕਰਿਆ ਕਰੋ। ਵੈਸੇ ਅੱਜ ਕੱਲ੍ਹ ਨਰਮੇ ਦੇ ਵਿੱਚ ਨੋਨ ਬਿੱਟੀ ਬੀਜ ਮਿਲ ਕੇ ਆਉਣ ਲੱਗਿਆ ਹੈ, ਇਸ ਕਰਕੇ ਆਪਾਂ ਨੂੰ ਹੁਣ ਇਹਦੀ ਕੋਈ ਲੋੜ ਨਹੀਂ ਹੈ। ਜੇ ਕਿਸੇ ਕਿਸਾਨ ਭਾਈ ਨੂੰ ਆਪਣੇ ਖੇਤ ਦੇ ਵਿੱਚ ਬੂਟਿਆਂ ਦੇ ਵਿੱਚ ਕੋਈ ਇੱਕ ਅੱਧਾ ਬੂਟਾ ਥੋੜਾ ਜਿਹਾ ਦਬਿਆ ਹੋ ਦਿਖਾਈ ਦਿੰਦਾ ਹੈ, ਕੰਮ ਫੈਲਾ ਫੁੱਲਾ ਦਿਖਾਈ ਦਿੰਦਾ ਹੈ, ਜਾਂ ਉਹਦੇ ਉੱਤੇ ਸੁੰਡੀ ਦਾ ਪ੍ਰਕੋਪ ਦਿਖਦਾ ਹੈ, ਤਾਂ ਕੋਈ ਘਬਰਾਉਣ ਦੀ ਲੋੜ ਨਹੀਂ ਹੈ। ਉਹ ਨੋਨ ਬਿੱਟੇ ਬੀਜ ਜਿਹੜਾ ਉਹਦੇ ਪੈਕਟ ਵਿੱਚ ਮਿਲਿਆ ਉਸ ਕਰਕੇ ਹੋ ਰਿਹਾ, ਤੇ ਇਹ ਬੀਟੀ ਦੇ ਗੁਣ ਨੂੰ ਲੰਬੇ ਟਾਈਮ ਤੱਕ ਚਲਾਉਣ ਵਾਸਤੇ ਇਹ ਕੰਮ ਕਰਨਾ ਜ਼ਰੂਰੀ ਸੀਗਾ, ਇਸ ਕਰਕੇ ਕੋਈ ਘਬਰਾਉਣ ਦੀ ਲੋੜ ਨਹੀਂ ਹੈ। ਅੱਜ ਕੱਲ੍ਹ ਜਿਹੜੇ ਪੈਕਟ ਆ ਰਹੇ ਹੈ ਉਹਦੇ ਵਿੱਚ 25 ਗ੍ਰਾਮ ਨੋਨ ਬਿੱਟੀ ਬੀਜ ਵਿਚਕਾਰ ਮਿਲਾ ਕੇ ਆ ਰਿਹਾ, ਤਾਂ ਕਿ ਉਹ ਨੋਨ ਬਿੱਟੀ ਬੀਜ ਦੇ ਉੱਤੇ ਪਤੰਗੇ ਬਣ, ਉਹ ਪਤੰਗੇ ਜੇ ਕੱਲ੍ਹ ਨੂੰ ਆਪਣੇ ਕੋਲ ਬਿੱਟੀ ਦੇ ਵਿੱਚ ਪਤੰਗਾ ਬਣਦਾ ਹੈ ਉਹਦੇ ਨਾਲ ਸੰਭੋਗ ਕਰਕੇ ਬੱਚੇ ਪੈਦਾ ਕਰਨ, ਤੇ ਉਹਨਾਂ ਬੱਚਿਆਂ ਦੇ ਉੱਤੇ ਬੀਟੀ ਦਾ ਜਿਹੜਾ ਅਸਰ ਉਹ ਚੰਗਾ ਹੋਊਗਾ, ਉਹਨਾਂ ਉੱਤੇ ਉਹਨਾਂ ਦੇ ਵਿੱਚ ਸਹਿਣਸ਼ੀਲਤਾ ਨਹੀਂ ਆਊਗੀ। ਇਸ ਕਰਕੇ ਇਹ ਨੋਨ ਬਿੱਟੀ ਬੀਜ ਲਾਉਣਾ ਆਪਣੇ ਵਾਸਤੇ ਬਹੁਤ ਜ਼ਰੂਰੀ ਸੀਗਾ। ਨਾਈਟ੍ਰੋਜਨ ਖਾਦਾਂ ਦੀ ਵਰਤੋਂ ਇਹ ਪੂਰੇ ਹਿਸਾਬ ਨਾਲ ਕਰਦੀ ਹੈ, ਸੰਤੁਲਿਤ ਕਰਦੀ ਹੈ। ਫੂਲ ਆਉਣ ਤੋਂ ਬਾਅਦ ਨਰਮੇ ਦੇ ਖੇਤਾਂ ਦਾ ਲਗਾਤਾਰ ਸਰਵੇਖਣ ਕਰਨਾ ਹੈ। ਜੇ ਤੁਹਾਡੇ ਖੇਤ ਦੇ ਵਿੱਚ ਰੋਜ਼ੇਟ ਫੂਲ ਯਾਨੀ ਭੰਬੀਰੀ ਵਾਲਾ ਫੂਲ ਮਿਲਦਾ ਹੈ ਤਾਂ ਉਹਨੂੰ ਤੋੜ ਕੇ ਨਸ਼ਟ ਕਰਨਾ ਹੈ, ਡਿੱਗੇ ਹੋਏ ਫੂਲ ਡੋਡੀਆਂ ਨੂੰ ਇਕੱਠਾ ਕਰਕੇ ਨਸ਼ਟ ਕਰਨਾ ਹੈ। ਟਿੰਡੇ ਜਦੋਂ ਨਰਮੇ ਦੇ ਬਣ ਜਾਂਦੇ ਹੈ ਤਾਂ ਪੂਰੇ ਖੇਤ ਦੇ ਵਿੱਚੋਂ 20 ਟਿੰਡੇ ਲੈ ਕੇ ਆਰਾਮ ਨਾਲ ਸ਼ੀਸ਼ਮ ਦੀ ਛਾਂ ਦੇ ਥੱਲੇ ਬੈਠ ਕੇ 20 ਟਿੰਡਿਆਂ ਨੂੰ ਚੱਕੂ ਨਾਲ ਖੋਲ ਕੇ ਦੇਖੋ। ਜੇ ਤੁਹਾਨੂੰ 20 ਟਿੰਡਿਆਂ ਦੇ ਵਿੱਚ 2 ਟਿੰਡਿਆਂ ਦੇ ਵਿੱਚ ਸੁੰਡੀ ਮਿਲਦੀ ਹੈ, 20 ਦੇ ਵਿੱਚੋਂ 2 ਦੇ ਵਿੱਚ, ਤਾਂ ਇਹਦਾ ਹੁੰਦਾ ਤੁਹਾਡੇ ਖੇਤ ਦੇ ਵਿੱਚ ਜਿਹੜਾ ਗੁਲਾਬੀ ਸੁੰਡੀ ਦਾ ਪ੍ਰਕੋਪ ਹੋ ਗਿਆ ਤੇ ਆਪਾਂ ਨੂੰ ਛਿੜਕਾਅ ਕਰਨ ਦੀ ਲੋੜ ਹੈ। ਬਿਜਾਈ ਤੋਂ ਪਹਿਲੇ 60-70 ਦਿਨ ਤੱਕ ਸਿਰਫ ਆਪਾਂ ਨੀਮ ਮਿਲਾਈ ਦਵਾਈ ਦਾ ਛਿੜਕਾਅ ਕਰਨਾ ਹੈ, ਉਸ ਤੋਂ ਬਾਅਦ ਜਿਹੜਾ ਛਿੜਕਾਅ ਹੈ ਉਹ ਆਰਥਿਕ ਅਗਾਰ ਨੂੰ ਦੇਖ ਕੇ ਕਰਨਾ ਹੈ। ਆਰਥਿਕ ਅਗਾਰ ਕੀ ਹੈ? ਜੇ 10 ਫੁੱਲਾਂ ਦੇ ਵਿੱਚੋਂ 1 ਫੁੱਲ ਭੰਬੀਰੀ ਵਾਲਾ ਮਿਲਦਾ ਹੈ ਤਾਂ ਆਪਾਂ ਨੂੰ ਛਿੜਕਾਅ ਕਰਨਾ ਹੈ।
ਜੇ 20 ਟਿੰਡਿਆਂ ਦੇ ਵਿੱਚ ਦੋ ਟਿੰਡੇ ਆਪਾਂ ਨੂੰ ਸੁੰਡੀ ਵਾਲੇ ਮਿਲਦੇ ਦੋ ਛਿੜਕਾਅ ਕਰਨਾ ਹੈ, ਇਹ ਦੋ ਚੀਜ਼ਾਂ ਆਪਾਂ ਨੂੰ ਜ਼ਰੂਰੀ ਦੇਖਣੀ ਹੈ ਛਿੜਕਾਅ ਕਰਨ ਤੋਂ ਪਹਿਲੇ। ਹਮਲੇ ਵਾਲੀ ਅਤੇ ਨਾ ਹਮਲੇ ਵਾਲੀ ਫਸਲ ਦੀ ਚੁਗਾਈ ਐਡਿਟ ਕਰਨੀ ਹੈ। ਗੁਲਾਬੀ ਸੁੰਡੀ ਤੇ ਹਮਲੇ ਨੂੰ ਫਸਲ ਦੀ ਚੁਗਾਈ ਜਲਦੀ ਕਰਨੀ ਹੈ ਜਿੱਥੇ ਹਮਲਾ ਹੋਇਆ ਹੈ, ਤੇ ਚੁਗਾਈ ਤੋਂ ਬਾਅਦ ਖੇਤਾਂ ਦੇ ਵਿੱਚ ਜਿਹੜੀ ਰਹਿੰਦ ਖੁੱਦ ਬਚੀ ਹੈ, ਜਿਹੜੀ ਕੋਈ ਵੀ ਚੀਜ਼ ਬਚੀ ਹੈ ਉਹ ਇਕੱਠੀ ਕਰਕੇ ਸਾੜ ਦੇਣੀ ਹੈ, ਨਸ਼ਟ ਕਰ ਦੇਣੀ ਹੈ, ਤੇ ਨਰਮੇ ਦੀ ਛੱਟੀਆਂ ਦੇ ਢੇਰ ਜਿਹੜੇ ਹੈ ਉਹ ਪਿੰਡ ਦੇ ਵਿੱਚ ਜਾ ਕੇ ਲਾਣੇ ਆ, ਲੰਬਤ ਲਾਣੇ ਆ, ਝਾੜ ਕੇ ਲਾਣੇ ਆ, ਖੇਤ ਦੇ ਵਿੱਚ ਕਦੇ ਵੀ ਲਾਣੇ, ਛਾਇਆ ਦੇ ਵਿੱਚ ਕਦੇ ਵੀ ਲਾਣੇ। ਇਹ ਸਾਰੀਆਂ ਚੀਜ਼ਾਂ ਆਪਾਂ ਨੂੰ ਜਿਹੜੀ ਹੈ ਉਹ ਧਿਆਨ ਰੱਖਣੀ ਹੈ। ਜਿਹੜੀ ਕਿਹੜੇ ਕਿਹੜੇ ਆਪਾਂ ਨੇ ਕੰਮ ਕਰਨੇ, ਜਿਵੇਂ ਬਿਜਾਈ ਅੱਧੀ ਮਈ ਤੱਕ ਪੂਰੀ ਕਰ ਲੈਣੀ ਹੈ, 45 ਦਿਨਾਂ ਬਾਅਦ ਦੋ ਟਰੈਪ ਲਾਣੇ ਹੈ, ਪਹਿਲੇ 60 ਦਿਨ ਤੱਕ ਨੀਮ ਦੀ ਛਿੜਕਾਅ ਕਰਨਾ, ਉਸ ਤੋਂ ਬਾਅਦ ਇਹ ਸਾਰੀਆਂ ਦਵਾਈਆਂ ਜਿਹੜੀ ਹੈ ਆਪਾਂ ਨੂੰ 10 ਦੇ ਵਿੱਚੋਂ ਇੱਕ ਮੇਰੀ ਵਾਲਾ ਫੁੱਲ ਮਿਲਦਾ ਹੈ ਜਾਂ ਫਿਰ 20 ਦੇ ਵਿੱਚੋਂ ਦੋ ਟਿੰਡੇ ਖਰਾਬ ਮਿਲਦੇ ਹੈ, ਤੋ ਇਹ ਸਾਰਾ ਆਰਥਿਕ ਆਧਾਰ ਆ ਗਿਆ। ਇਸ ਤੋਂ ਬਾਅਦ ਆਪਾਂ ਛਿੜਕਾਅ ਜਿਹੜਾ ਪਹਿਲਾ ਛਿੜਕਾਅ ਆਪਾਂ ਪਥੈਨੋਫਾਸ ਦਾ ਕਰਨਾ ਹੈ, 500 ਮਿਲੀਲੀਟਰ ਲਿਖਿਆ ਹੋਇਆ। ਦੂਸਰਾ ਛਿੜਕਾਅ ਤੁਸੀਂ ਕੋਈ ਵੀ ਕਲੋਰਪਾਇਰੀਫੋਸ, ਕਿਊਨਲਫੋਸ ਜਾਂ ਇੰਡੋਕਸਾਕਾਰਬ ਜਿਹੜੀ ਅਵਾਂਡ ਆਉਂਦੀ ਹੈ ਉਹਦਾ ਕਰ ਸਕਦੇ ਹੋ, ਜਾਂ ਇਮਾਮੈਕਟਿਨ ਬੈਂਜੋਇਟ ਪ੍ਰੋਕਲੇਮ। ਕਿਸਾਨ ਕਰਾਓ, ਇਹਦੇ ਵਿੱਚ ਇਮਾਮੈਕਟਿਨ ਬੈਂਜੋਇਟ ਪ੍ਰੋਕਲੇਮ ਜਿਹੜੀ ਦਵਾਈ ਹੈ ਜਾਂ ਪ੍ਰਫੈਨੋਫਾਸ ਜਿਹੜੀ ਦਵਾਈ ਹੈ, ਇਹ ਦੋਨੋਂ ਇਹੋ ਜਿਹੀ ਦਵਾਈ ਹੈ ਜੋ ਤੁਹਾਡੇ ਜੂ ਨੂੰ ਵੀ ਮਾਰਨਗੀਆਂ ਤੇ ਨਾਲ ਨਾਲ ਗੁਲਾਬੀ ਸੁੰਡੀ ਨੂੰ ਮਾਰਨਗੀਆਂ। ਤੋ ਮੇਰਾ ਮਤਲਬ ਕਹਿਣ ਦਾ ਮਕਸਦ ਇਹ ਹੈ ਵੀ ਜੇ ਆਪਣੇ ਖੇਤ ਦੇ ਵਿੱਚ ਕੋਈ ਕਿਸਾਨ ਭਰਾ ਦੇ ਹੁਣ ਅੱਜ ਦੀ ਡੇਟ ਦੇ ਵਿੱਚ ਗੁਲਾਬੀ ਸੁੰਡੀ ਦਾ ਹਮਲਾ ਹੋ ਰਿਹਾ ਪ੍ਰਯੋਗ ਕਰ ਸਕਦੇ ਹੈ। ਪਰ ਯਾਦ ਰਹੇ ਸਿੰਥੈਟਿਕ ਪੈਰਾਥੋਇਡ ਗਰੁੱਪ ਦੀ ਦਵਾਈਆਂ ਫੈਨਵਾਲ, ਸਾਈਪਰਮੈਥ੍ਰਿਨ, ਲੈਂਡਾ ਵਗੈਰਾ ਇਹ 15 ਸਤੰਬਰ ਤੋਂ ਬਾਅਦ ਹੀ ਕਰਨੀ ਹੈ, ਕਿਉਂਕਿ ਇਹ ਬਹੁਤ ਟੌਕਸਿਕ ਦਵਾਈ ਹੈ, ਇਹ 15 ਸਤੰਬਰ ਤੋਂ ਪਹਿਲੇ ਨਹੀਂ ਕਰਨੀ। 15 ਸਤੰਬਰ ਤੋਂ ਬਾਅਦ ਆਪਾਂ ਗੁਲਾਬੀ ਸੁੰਡੀ ਵਾਸਤੇ ਈਥੀਓਨ ਦਵਾਈ ਦਾ ਪ੍ਰਯੋਗ ਵੀ ਕਰ ਸਕਦੇ ਹਾਂ। ਈਥੀਓਨ ਤੁਹਾਡੇ ਚਿੱਟੇ ਮੱਛਰ ਨੂੰ ਮਾਰੂਗੀ, ਨਾਲ ਨਾਲ ਗੁਲਾਬੀ ਸੁੰਡੀ ਨੂੰ ਮਾਰੂਗੀ। ਤੋ ਇਹ ਇਸ ਤਰ੍ਹਾਂ ਦੀ ਦਵਾਈ ਹੈ। ਤੋ ਇਹ ਜਿਹੜੀ ਦਵਾਈਆਂ ਦੀ ਜਿਹੜੀ ਲਿਸਟ ਹੈ ਤੁਹਾਡੇ ਵਾਸਤੇ ਮੈਂ ਬਣਾਈ ਹੈ, ਤੁਸੀਂ ਇਹਦਾ ਸਕਰੀਨਸ਼ਾਟ ਲੈ ਸਕਦੇ ਹੋ, ਲਿਖ ਸਕਦੇ ਹੋ, ਤੁਹਾਡੇ ਸਾਹਮਣੇ ਹੈਗੀ, ਤੁਸੀਂ ਨੋਟ ਕਰ ਸਕਦੇ ਹੋ। ਦਵਾਈ ਦੀ ਮਾਤਰਾ 60 ਤੋਂ 90 ਦਿਨ ਵਿੱਚ ਕਿਹੜੀ ਦਵਾਈ ਕਰਨੀ ਹੈ, 90 ਤੋਂ 120, 120 ਤੋਂ 150 ਦਿਨ ਦੇ ਵਿਚਕਾਰ। ਇਹ ਸਾਵਣੀ ਬਿਜਾਈ ਤੋਂ ਬਾਅਦ ਕੀ ਕਰਨਾ ਹੈ, ਇਹ ਗੱਲਾਂ ਮੈਂ ਤੁਹਾਨੂੰ ਉੱਥੇ ਦੱਸੀ। ਇਹ ਕੁਝ ਜ਼ਰੂਰੀ ਨੁਕਤੇ ਹੈ ਜਿਹੜੇ ਮਿੱਲਾਂ ਦੇ ਆਸੇ ਪਾਸੇ ਕਰਨੇ ਹੈ। ਮਿੱਲਾਂ ਦੇ ਵਿੱਚ ਅਤੇ ਆਲੇ ਦੁਆਲੇ ਸਾਫ਼ ਸਫਾਈ ਰੱਖਣੀ ਹੈ। ਮਿੱਲਾਂ ਦੇ ਵਿੱਚ ਜਿਹੜੀ ਰਹਿੰਦ ਖੂੰਹਦ ਹੁੰਦੀ ਹੈ ਉਹ ਕਦੇ ਵੀ ਜੇ ਮਿੱਲਰ ਭਾਈ ਬਾਹਰ ਸਿੱਟਦਾ ਹੈ ਤੋ ਉਹਨੂੰ ਆਗ ਲਗਾ ਕੇ ਜਾਂ ਨੱਪ ਕੇ ਰੱਖੋ, ਕਿਉਂਕਿ ਉੱਥੋਂ ਹੀ ਪਤੰਗੇ ਘੁੰਮਕੜ ਨਿਕਲ ਕੇ ਤੁਹਾਡੇ ਨਰਮੇ ਦੀ ਫਸਲ ਤੇ ਅੰਡੇ ਦਿੰਦੇ ਹੈ। ਮਿੱਲਾਂ ਦੇ ਵਿੱਚ ਟਰੈਪ ਲਾ ਕੇ ਦੇਖੋ ਕਿ ਉੱਥੇ ਘੁੰਮਕੜ ਆਉਂਦੇ ਹੈ। ਨਰਮੇ ਦੇ ਬੀਜ ਨੂੰ ਖੁੱਲੇ ਥਾਂ ਵਿੱਚ ਨਾ ਸਟੋਰ ਕਰੋ, ਜੇ ਨਰਮੇ ਦਾ ਬੀਜ ਕੋਸ਼ਿਸ਼ ਕਰੋ ਕਿ ਗੋਡਾਊਨ ਦੇ ਵਿੱਚ ਰੱਖੋ, ਜੇ ਤੁਹਾਡੇ ਕੋਲ ਗੋਡਾਊਨ ਨਹੀਂ ਹੈ ਤੋ ਨਰਮੇ ਦਾ ਬੀਜ ਜਿਹੜਾ ਹੈ ਉਹ ਪੋਲੀਥੀਨ ਦੇ ਲਿਫਾਫਿਆਂ ਨਾਲ ਢੱਕ ਕੇ ਰੱਖੋ ਤਾਂ ਕਿ ਉਸਦੇ ਵਿੱਚੋਂ ਕੋਈ ਘੁੰਮਕੜ ਨਿਕਲ ਕੇ ਤੁਹਾਡੇ ਖੇਤਾਂ 'ਚ ਨਾ ਜਾਵੇ। ਤੇ ਜਿਹੜੇ ਵੀ ਇਲਾਕਿਆਂ ਵਿੱਚ ਗੁਲਾਬੀ ਸੁੰਡੀ ਦੇ ਵਿੱਚ ਬੀਡੀਜ਼ਨ ਦੇ ਪ੍ਰਤੀ ਸਹਿਣਸ਼ੀਲਤਾ ਆਈ ਹੋਈ ਹੈ, ਖਾਸ ਕਰਕੇ ਦਕਸ਼ਣ ਤੇ ਮੱਧ ਭਾਰਤ ਦੇ ਵਿੱਚ, ਮੈਂ ਜਿੰਨਰ ਭਰਾਵਾਂ ਨੂੰ ਬੇਨਤੀ ਕਰਦਾ ਕਿ ਉੱਥੋਂ ਬੜੇਵੇ ਨਾ ਲੈਣ, ਜੇ ਲਾਂਦੇ ਹੈ ਤਾਂ ਉਹਨਾਂ ਨੂੰ ਢੱਕ ਕੇ ਸਾਂਭ ਕੇ ਰੱਖੋ ਤਾਂ ਕਿ ਇੱਥੇ ਉਹਨਾਂ ਦੀ ਸੰਖਿਆ ਨਾ ਵਧਣ, ਨਹੀਂ ਤਾਂ ਇੱਕ ਦਿਨ ਇਹੋ ਜਿਹਾ ਆਏਗਾ ਕਿ ਆਪਣੇ ਇੱਥੇ ਵੀ ਗੁਲਾਬੀ ਸੁੰਡੀ ਦਾ ਹਮਲਾ ਬਹੁਤ ਵੱਧ ਜਾਏਗਾ ਤੇ ਕਿਸਾਨ ਭਾਈਆਂ ਦੇ ਹੋਰ ਜ਼ਿਆਦਾ ਸਪਰੇ ਕਰਨ ਦਾ ਜਿਹੜਾ ਹੈ ਉਹ ਖਰਚਾ ਵੱਧਦਾ ਜਾਏਗਾ। ਤੋ ਇਹ ਮੋਟੀਆਂ ਮੋਟੀਆਂ ਗੱਲਾਂ ਜਿਹੜੀ ਕਿਸਾਨ ਭਰਾਓ ਮੈਂ ਤੁਹਾਡੇ ਨਾਲ ਸਾਂਝੀ ਕਰਨੀ ਸੀਗੀਆਂ। ਇਸ ਤੋਂ ਇਲਾਵਾ ਜੇ ਤੁਹਾਡਾ ਕੋਈ ਸਵਾਲ ਸੰਖਿਆ ਸ਼ੱਕ ਹੈ ਤਾਂ ਉਹਦੇ ਮੈਂ ਜਵਾਬ ਦੇਣ ਦੀ ਕੋਸ਼ਿਸ਼ ਕਰੂੰਗਾ। ਤੇ ਮੈਂ ਥੋੜਾ ਸਾ, ਮੈਨੂੰ ਇਹ ਲੱਗਦਾ ਕਿ ਮੈਂ ਸਾਰਾ ਤੁਹਾਡਾ ਲੈਕਚਰ ਉਹ ਪੰਜਾਬੀ ਚ ਨਹੀਂ ਬਣਾ ਪਾਇਆ, ਪਰ ਮੈਂ ਕੋਸ਼ਿਸ਼ ਕੀਤੀ ਕਿ ਤੁਹਾਨੂੰ ਕਿਵੇਂ ਪੰਜਾਬੀ ਚ ਮੈਂ ਸਮਝਾਵਾਂ। ਤੇ ਕਿਸਾਨ ਭਰਾਓ ਕੋਈ ਵੀ ਸ਼ੱਕ ਸੰਖਿਆ ਸਵਾਲ ਹੈ ਤੁਸੀਂ ਮੇਰੇ ਤੋਂ ਪੁੱਛ ਸਕਦੇ ਹੋ। ਮੈਂ ਰਿਕਸ ਸਸਟੇਨੇਬਲ ਸੋਲੂਸ਼ਨ ਪ੍ਰਾਈਵੇਟ ਲਿਮਿਟਡ ਦਾ ਵੀ ਧੰਨਵਾਦ ਕਰਦਾ ਕਿ ਇੰਨੇ ਸਾਰੇ ਕਿਸਾਨ ਭਰਾਓ ਦੇ ਨਾਲ ਸਾਨੂੰ ਰੂਬਰੂ ਹੋਣ ਦਾ ਮੌਕਾ ਦਿੱਤਾ ਹੈ। ਨਾਲ ਡਾਇਰੈਕਟਰ ਸਾਹਿਬ ਤੇ ਹੈੱਡ ਸਾਹਿਬ ਤੇ ਸਤੀਸ਼ ਸਾਹਿਬ ਦਾ ਵੀ ਧੰਨਵਾਦ ਕਰਦਾ ਵੀ ਇੰਨਾ ਵਧੀਆ ਪ੍ਰੋਗਰਾਮ ਦਾ ਜਿਹੜਾ ਅਰੇਂਜਮੈਂਟ ਵਰਚੁਅਲ ਅਰੇਂਜਮੈਂਟ ਕਰਾਇਆ। ਧੰਨਵਾਦ ਕਿਸਾਨ ਵੀਰੋ ਇੱਕ ਵਾਰ ਫਿਰ।